ਪੰਜਾਬ ਸਰਕਾਰ ਦੇ ਹੁਕਮਾਂ ਤੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਸੰਦੀਪ ਗਰਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਭਵਾਨੀਗੜ੍ਹ ਪੁਲਿਸ ਥਾਣੇ ਦੀ ਪੁਲਿਸ ਚੌਂਕੀ ਚੰਨੋ ਦੇ ਇੰਚਾਰਜ SI ਪਵਿੱਤਰ ਸਿੰਘ ਵੱਲੋਂ ਚੌਂਕੀ ਅਧੀਨ ਆਉਂਦੇ ਪਿੰਡਾਂ ਦੇ ਪੰਚਾਂ ਸਰਪੰਚਾਂ ਤੇ ਹੋਰ ਮੁਹੱਤਬਰ ਵਿਅਕਤੀਆਂ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਦੌਰਾਨ ਕੋਰੋਨਾ ਵਾਇਰਸ ਦੇ ਸੰਬੰਧ 'ਚ ਪਿੰਡਾਂ ਵਿੱਚੋਂ ਵੱਧ ਤੋਂ ਵੱਧ ਕੋਵਿਡ ਟੈਸਟਿੰਗ ਕਰਵਾਉਣ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਕੋਰੋਨਾ ਸੰਬੰਧੀ ਫੈਲ ਰਹੀਆਂ ਅਫਵਾਹਾਂ ਤੋਂ ਵੀ ਸੁਚੇਤ ਰਹਿਣ ਬਾਰੇ ਆਖਿਆ ਗਿਆ। ਇਸ ਮੌਕੇ ਚੌਂਕੀ ਇੰਚਾਰਜ ਪਵਿੱਤਰ ਸਿੰਘ ਨੇ ਦੱਸਿਆ ਕਿ ਪਿਛਲੇ ਐਤਵਾਰ ਉਹਨਾਂ ਨੇੜਲੇ ਪਿੰਡ ਨਦਾਮਪੁਰ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ, ਜਿਸ ਤੋਂ ਬਾਅਦ ਤਕਰੀਬਨ 42 ਲੋਕਾਂ ਨੇ ਸਿਹਤ ਵਿਭਾਗ ਨੂੰ ਕੋਰੋਨਾ ਸੰਬੰਧੀ ਆਪਣੇ ਨਮੂਨੇ ਦਿੱਤੇ, ਜਿਨ੍ਹਾਂ ਦੀ ਰਿਪੋਰਟ ਜਲਦ ਆ ਜਾਵੇਗੀ। ਉਹਨਾਂ ਮੀਟਿੰਗ 'ਚ ਹਾਜ਼ਰ ਵਿਅਕਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਆਪਣੇ ਪਿੰਡਾਂ ਦੇ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਕੋਰੋਨਾ ਟੈਸਟਿੰਗ ਕਰਵਾਉਣ ਲਈ ਪ੍ਰੇਰਿਤ ਕਰਨ, ਤਾਂ ਜੋ ਮਰੀਜ਼ ਨੂੰ ਇਸ ਨਾਮੁਰਾਦ ਬਿਮਾਰੀ ਦਾ ਸਮੇਂ ਸਿਰ ਪਤਾ ਲੱਗ ਸਕੇ ਅਤੇ ਉਸਦਾ ਬਚਾਅ ਹੋ ਸਕੇ। ਇਸ ਤੋਂ ਇਲਾਵਾ ਚੌਂਕੀ ਇੰਚਾਰਜ ਵੱਲੋਂ ਅਣਸੁਖਾਵੀਂ ਘਟਨਾਵਾਂ ਤੋਂ ਬਚਣ ਲਈ ਪੰਚਾਇਤਾਂ ਨੂੰ ਆਪਣੇ ਪਿੰਡ ਵਿੱਚ CCTV ਕੈਮਰੇ ਲਗਵਾਉਣ ਸੰਬੰਧੀ ਆਖਿਆ ਗਿਆ, ਤਾਂ ਜੋ ਅਣਸੁਖਾਵੀਆਂ ਘਟਨਾਵਾਂ 'ਤੇ ਕਾਬੂ ਪਾਇਆ ਜਾ ਸਕੇ। ਆਜ਼ਾਦ TV ਨਿਊਜ਼ ਦੇ ਲਈ ਚੰਨੋ ਤੋਂ ਇਕਬਾਲ ਬਾਲੀ ਦੀ ਰਿਪੋਰਟ। ਇਹ ਜੀ ਜਿਹੜੇ 2019 COVID-19 ਦੇ ਸੰਬੰਧ ਦੇ ਵਿੱਚ ਸਰਪੰਚਾਂ ਨੂੰ ਬੁਲਾ ਕੇ ਮੀਟਿੰਗ ਕੀਤੀ ਹੈ ਕਿ ਆਪਾਂ ਮੈਡੀਕਲ ਟੀਮਾਂ ਬੁਲਾ ਕੇ ਪਿੰਡਾਂ ਦੇ ਵਿੱਚ ਟੈਸਟਿੰਗ ਕਰਵਾਉਣੀ ਹੈ ਵੱਧ ਤੋਂ ਵੱਧ, ਤਾਂ ਜੋ ਇਹ ਕੋਵਿਡ ਦੇ ਵਿੱਚ ਆਪਾਂ ਕਿਸੇ ਵੀ ਮਰੀਜ਼ ਦਾ ਨੁਕਸਾਨ ਨਾ ਹੋ ਸਕੇ, ਉਹ ਬਿਨਾਂ ਟੈਸਟ ਕਰਾਏ ਇਸੇ ਤਰ੍ਹਾਂ ਅੰਦਰ ਕਿਤੇ ਬਿਮਾਰੀ ਦੇ ਨਾਲ ਨੁਕਸਾਨ ਹੋਵੇ, ਬਾਕੀ ਮੈਂਬਰ ਵੀ ਉਹਦੇ ਅਫੈਕਟਡ ਹੋਣ, ਇਸ ਕਰਕੇ ਮੀਟਿੰਗ ਬੁਲਾ ਕੇ ਇਹਨਾਂ ਨੂੰ ਜਾਣੂ ਕਰਾਇਆ ਕਿ ਆਪਾਂ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਜਿਹੜੇ ਸ਼ੱਕੀ ਮਰੀਜ਼ ਨੇ ਜਾਂ ਜਿਹੜੇ ਬਾਹਰੋਂ ਆਏ ਨੇ ਉਹਨਾਂ ਦੇ ਟੈਸਟਿੰਗ ਕਰਵਾ ਕੇ ਆਪਾਂ ਇਹ ਬਿਮਾਰੀ ਤੋਂ ਬਚ ਸਕੀਏ। ਸਰ, ਮਿਲ ਰਿਹਾ ਪੰਚਾਇਤਾਂ ਵੱਲੋਂ ਸਹਿਯੋਗ? ਸਹਿਯੋਗ ਮਿਲ ਰਿਹਾ ਜੀ। ਅਸੀਂ ਪਿਛਲੇ ਸੰਡੇ 42 ਜਿਹੜੇ ਟੈਸਟਿੰਗ ਕਰਾਇਆ ਨਦਾਮਪੁਰ ਪਿੰਡ ਦੇ ਵਿੱਚੋਂ, ਬਾਕੀ ਰਾਜਪੁਰੇ ਵੀ ਹੋਏ ਆ ਜੀ, ਬਾਕੀ ਸਰਪੰਚ ਵੀ ਸਾਨੂੰ ਸਹਿਯੋਗ ਦੇ ਰਹੇ ਨੇ ਅਤੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਵੀ ਜਾਗਰੂਕ ਕਰਾਇਆ ਜਾਊਗਾ ਇਸ ਸੰਬੰਧੀ।